ਫਿਰੋਜ਼ਪੁਰ ਫਰੀਦਕੋਟ ਰੋਡ ਗੋਲੇਵਾਲਾ ਨਜ਼ਦੀਕ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਕਾਰਨ ਇੱਕ ਨੌਜਵਾਨ ਦੀ ਮੌਤ, ਦੋ ਨੌਜਵਾਨ ਹੋਏ ਗੰਭੀਰ ਜ਼ਖਮੀ। ਬੀਤੇ ਦਿਨ 26 ਤਰੀਕ ਨੂੰ ਕਾਫੀ ਭਿਆਨਕ ਹਾਦਸਾ ਵਾਪਰਿਆ ਜੋ ਫਰੀਦਕੋਟ ਤੋਂ ਫਿਰੋਜ਼ਪੁਰ ਰੋਡ ਨਜ਼ਦੀਕ ਗੋਲੇਵਾਲਾ ਦੱਸਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਬਾਬਾ ਫਰੀਦ ਤੋਂ ਮੇਲਾ ਦੇਖ ਕੇ ਵਾਪਸ ਫਿਰੋਜ਼ਪੁਰ ਪਰਤ ਰਹੇ ਸੀ। ਰਸਤੇ ਵਿੱਚ ਗੋਲੇਵਾਲ ਦੇ ਨਜ਼ਦੀਕ ਇੱਕ ਕਿਆ ਕਾਰ ਨੰਬਰ PB05AN1405 ਨੇ ਟਰੱਕ ਨੂੰ ਓਵਰਟੇਕ ਕਰਨ ਸਮੇਂ ਮੋਟਰਸਾਈਕਲ ਨੂੰ ਜ਼ੋਰਦਾਰ ਫੇਟ ਮਾਰੀ, ਜਿਸ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜੇਰੇ ਇਲਾਜ ਮੈਡੀਕਲ ਫਰੀਦਕੋਟ ਦਾਖਲ ਕਰਵਾਇਆ ਗਿਆ ਹੈ। ਇਲਾਜ ਦੌਰਾਨ ਇੱਕ ਲੜਕੇ ਸੁਪਨਦੀਪ ਸਿੰਘ ਫਿਰੋਜ਼ਪੁਰ ਵਾਸੀ ਦੀ ਮੌਤ ਹੋ ਗਈ ਹੈ, ਬਾਕੀ ਨੌਜਵਾਨਾਂ ਦਾ ਟ੍ਰੀਟਮੈਂਟ ਜਾਰੀ ਹੈ। ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਆਲ ਬੈਲ ਆਈਕਨ 'ਤੇ ਕਲਿੱਕ ਕਰ ਲਓ। ਜੇਕਰ ਤੁਸੀਂ ਫੇਸਬੁੱਕ ਪੇਜ 'ਤੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਐਂ ਲਾਈਕ ਜ਼ਰੂਰ ਕਰੋ ਤਾਂ ਕਿ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਖਾਸ ਖਬਰਾਂ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਫਿਰੋਜ਼ਪੁਰ ਤੋਂ ਅਨਮੋਲ ਰਤਨ ਦੀ ਵਿਸ਼ੇਸ਼ ਰਿਪੋਰਟ। ਕੀ ਨਾਮ ਤੁਹਾਡਾ ਜੀ? ਕੁਲਵੀਰ ਸਿੰਘ ਜੀ। ਕੀ ਘਟਨਾ ਕੀ ਵਾਪਰੀ ਜੀ? ਘਟਨਾ ਜੀ, ਇਹ ਆਪਣੇ ਮੇਲਾ ਦੇਖ ਕੇ ਜਾ ਰਹੇ ਸੀ ਜੀ। ਉੱਥੋਂ ਟਰੱਕ ਵਾਲਾ ਪਿਆ ਸੀ, ਗੱਡੀ ਓਵਰ ਸਪੀਡ ਜ਼ਿਆਦਾ ਹੁੰਦੀ ਪਈ, ਗੱਡੀ ਇਹ ਕੰਨ ਦੇ ਫੋਨ ਲੱਗਾ, ਜਿਹੜਾ ਡਰਾਈਵਰ ਸੀ ਗੱਡੀ ਦਾ ਉਹਦੇ ਕੰਨ ਨੂੰ ਫੋਨ ਲੱਗਿਆ ਸੀਗਾ। ਠੀਕ ਹੈ। ਜਦੋਂ ਗੱਡੀ ਨੂੰ ਬੱਸ ਆਪਣਾ ਟਰੱਕ ਨੂੰ ਕ੍ਰੋਸ ਕਰਨ ਲੱਗਿਆ ਤਾਂ ਉਹਨੇ ਬੱਚੇ ਨਹੀਂ ਦੇਖਿਆ, ਬੱਚੇ 'ਤੇ ਗੱਡੀ ਚੜਾ ਦੀ ਰਹੇ। ਅੱਛਾ ਜੀ। ਕੀ ਨਾ, ਮਤਲਬ ਜਿਹੜਾ ਬੱਚੇ ਦੀ ਡੈਥ ਹੋਈ ਆ, ਕੀ ਲੱਗਦਾ ਸੀ ਤੁਹਾਡਾ ਜੀ? ਮੇਰਾ ਭਾਣਜਾ ਜੀ। ਨਾਮ ਕੀ ਸੀ ਉਹਦਾ? ਸੁਪਨਪ੍ਰੀਤ ਸਿੰਘ। ਸੁਪਨਪ੍ਰੀਤ ਸਿੰਘ। ਕਿਹੜਾ ਪਿੰਡ ਕਿਹੜਾ ਤੁਹਾਡਾ ਜੀ? ਕੀ ਸਜਾ ਫਿਰੋਜ਼ਪੁਰ। ਫਿਰੋਜ਼ਪੁਰ ਤੋਂ, ਠੀਕ ਹੈ ਜੀ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ, ਮੇਰਾ ਪਿੰਡ ਮਿਸ਼ਰੀਵਾਲਾ ਜੀ। ਘਟਨਾ ਕੀ ਵਾਪਰੀ ਜੀ? ਮੇਰਾ ਬੇਟਾ ਨਾਲ ਉਹਦੇ ਦੋ ਸਾਥੀ ਇੱਕੋ ਕਲਾਸ 'ਚ ਪੜ੍ਹਦੇ ਸੀਗੇ, ਕੱਲ੍ਹ ਤਕਰੀਬਨ ਮੇਲਾ ਵੇਖਣ ਆਏ ਸੀਗੇ, 10-11 ਵਜੇ ਘਰੋਂ ਆਏ ਜੀ, ਅਤੇ 12:30 ਵਜੇ ਜੀ ਕੋਈ ਘਟਨਾ ਵਾਪਰੀ ਹੈ ਜੀ ਤਕਰੀਬਨ, ਅਤੇ ਮੈਨੂੰ 12:53 'ਤੇ ਫੋਨ ਆਇਆ ਜੀ ਕਿਸੇ ਰਾਹਗੀਰਾਂ ਦਾ, ਜਿਹੜੇ ਵੀ ਉੱਥੇ ਖਲੋਤੇ ਸੀਗੇ, ਵੀ ਜਿੰਨਾ ਕਿ ਮੈਨੂੰ ਮੈਸੇਜ ਪਹੁੰਚਿਆ ਜੀ ਇੱਦਾਂ ਕਰਕੇ, ਅਰਮਾਨਦੀਪ ਤੁਹਾਡਾ ਬੇਟਾ ਬੇਟਾ, ਹਾਂਜੀ। ਅਤੇ ਉਹਨਾਂ ਨੇ ਮੈਸੇਜ ਮੈਨੂੰ ਦਿੱਤਾ ਜੀ ਉਹਨਾਂ ਦੇ ਐਕਸੀਡੈਂਟ ਹੋ ਗਿਆ, ਕਿਸੇ ਕਾਰ ਨਾਲ ਫੈਕਟ ਹੋਇਆ ਐਕਸੀਡੈਂਟ, ਅਤੇ ਕਾਰ ਵਾਲਾ ਜਾ ਰਿਹਾ ਸੀਗਾ ਫਿਰੋਜ਼ਪੁਰ ਤੋਂ ਫਰੀਦਕੋਟ, ਮੇਰਾ ਬੇਟਾ ਪਲੱਸ ਟੂ ਦੇ ਨਾਲ ਮੇਰੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹਦੇ ਨਾਲ ਪੜ੍ਹਦੇ ਸਟੂਡੈਂਟ, ਉਹ ਮੇਲੇ ਤੋਂ ਆ ਰਹੇ ਸੀਗੇ ਫਰੀਦਕੋਟ ਤੋਂ ਫਿਰੋਜ਼ਪੁਰ ਵਾਲੀ ਸਾਈਡ ਜਾ ਰਹੇ ਸੀਗੇ ਪਿੰਡ ਵੱਲ ਆਉਣ ਲਈ, ਅਤੇ 12:53 'ਤੇ ਜਦੋਂ ਮੈਨੂੰ ਫੋਨ ਆਇਆ, ਮੈਂ ਘਰੋਂ ਉੱਥੋਂ ਆਪਦਾ ਮੋਟਰਸਾਈਕਲ ਚੱਕਿਆ ਬੇਟਾ ਨਾਲ, ਮੇਰਾ ਦੂਜਾ ਜੋਰ ਆ, ਮੈਂ ਬਹੁਤ ਅਫਸੋਸ 'ਚ ਭੱਜੇ ਵੀ ਕੀ ਚੱਕਰ ਬਣ ਗਿਆ ਵੇਖਿਆ, ਅਤੇ ਬੁਰੀ ਹਾਲਤ ਦੇ ਵਿੱਚ ਇੱਕ ਕਿਨਾਰੇ ਪਏ ਸੀਗੇ, ਇੱਕ ਕਿਨਾਰੇ ਉਹ ਤਰਫੀ ਜਾਂਦੇ ਸੀਗੇ, ਹਰੇਕ ਦਾ ਡੋਡਾ ਪਾਰ ਗਏ ਦਾ ਲੱਤ ਫਿਕਚਰ, ਇੰਨੇ ਕੁ ਫਿਕਚਰ ਸੀਗੇ, ਬਹੁਤ ਜ਼ਿਆਦਾ ਭਿਆਨਕ ਜਿਵੇਂ ਹਾਦਸਾ ਆਇਆ ਹੁੰਦਾ ਮੌਕੇ ਦੇ ਉੱਤੇ। ਰਾਹਗੀਰਾਂ ਨੇ ਉਹਨੂੰ ਕਾਰ ਨੂੰ ਵੀ ਦਬੋਚਿਆ, ਜਿਹਦਾ ਟਾਇਰ ਵੀ ਪੈਂਚਰ ਹੋ ਚੁੱਕਿਆ ਸੀਗਾ, ਇੰਨੀ ਭਿਆਨਕ ਟੱਕਰ ਵੱਜੀ। ਟੱਕਰ ਦਾ ਕਾਰਨ ਜਿਵੇਂ ਉਹਨਾਂ ਨੇ ਇਹ ਦੱਸਿਆ ਵੀ ਜਿਹੜੀ ਕਾਰ ਆ ਇਹ ਹਾਈ ਸਪੀਡ 'ਤੇ ਆ ਰਹੀ ਸੀਗੀ ਫਿਰੋਜ਼ਪੁਰ ਵੱਲ ਤੋਂ, ਅਤੇ ਇੱਕ ਟਰੱਕ ਕਿਸੇ ਟਰੱਕ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਅੱਗੋਂ ਆ ਰਹੇ ਮੇਰਾ ਬੇਟਾ ਪਲੱਸ ਉਹਨਾਂ ਨਾਲ ਦੋ ਸਾਥੀ ਸੀਗੇ, ਉਹਨਾਂ ਦੇ ਵਿੱਚ ਇੰਨੀ ਭਿਆਨਕ ਵੱਜੀ ਵੀ ਉਹ ਆਪਦੀ ਸਾਈਡ ਤੋਂ ਚੱਕ ਕੇ ਜਿਹੜੀ ਹੈਗੀ ਆ ਮੀਰ ਵਾਲੇ ਪਾਸੇ ਟੱਕਰ ਵੱਜੀ, ਅਤੇ ਭਿਆਨਕ ਨਾਲ ਤਿੰਨਾਂ ਦੀਆਂ ਲੱਤਾਂ ਟੁੱਟੀਆਂ, ਅਤੇ ਮੇਰੇ ਬੇਟੇ ਦੀ ਇੱਕ ਲੱਤ ਇੱਕੋ ਹੈਗਾ ਫ੍ਰੈਕਚਰ, ਜਿਹੜਾ ਅੱਜ ਆਪਰੇਸ਼ਨ ਹੋ ਰਿਹਾ, ਅਤੇ ਜਿਹੜਾ ਅਵਿਨਾਸ਼ ਸਿੰਘ ਆ ਸਨ ਆਫ ਜਸਵੀਰ ਸਿੰਘ ਆ ਮਿਸ਼ਰੀ ਵਾਲੇ ਤੋਂ, ਉਹ ਅਵਿਨਾਸ਼ ਨੂੰ ਕੱਲ੍ਹ ਹੀ ਰੈਫਰ ਕਰਤਾ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਜੀ, ਜਿਹਦੀ ਹਾਲਤ ਬਹੁਤ ਗੰਭੀਰ ਸੀਗੀ, ਜਿਹਦੇ ਆ ਮੋਢਾ ਵੀ ਟੁੱਟਿਆ ਹੋਇਆ, ਪੱਟ ਵੀ ਟੁੱਟ ਗਿਆ, ਅਤੇ ਪੰਜਾ ਵੀ ਅੱਗੋਂ ਜਿਹੜਾ ਹੈਗਾ ਨਾ ਪੈਰ ਦਾ ਜੀ ਅੱਧਾ ਪੈਰ ਵੱਢ ਕੇ ਲਮਕੀ ਜਾ ਰਿਹਾ, ਅਤੇ ਇੱਕ ਬੇਟੇ ਦੀ ਮੈਂ ਬਹੁਤ ਹੀ ਅਫਸੋਸ ਆ ਰਿਹਾ ਵੀ ਇਕੱਲਾ ਇਕੱਲਾ ਬੇਟਾ ਕਿਸੇ ਨੇ ਪਾਲਿਆ ਹੋਇਆ ਸੀਗਾ ਢੀਮਸੇ ਪਿੰਡ ਦਾ ਸੁਪਨਦੀਪ ਸਿੰਘ, ਉਹਦੀ ਚੱਲਦੀ ਮੌਕੇ 'ਤੇ ਤਾਂ ਨਹੀਂ ਮੈਡੀਕਲ ਆ ਕੇ ਕਾਫੀ ਇਲਾਜ ਕਰਨ ਤੋਂ ਬਾਅਦ ਵੀ ਡੈਥ ਹੋ ਚੁੱਕੀ ਹੈ ਜੀ, ਬਹੁਤ ਅਫਸੋਸ ਹੈ ਜੀ। ਸਾਰੇ ਕੱਲ੍ਹ ਦੀ ਕੋਈ ਖਾਣ ਪੀਣ ਸੁੱਝ ਨਹੀਂ ਰਿਹਾ ਜੀ, ਵੀ ਬੱਚਿਆਂ ਦਾ ਫਿਊਚਰ ਹੀ ਖਤਮ ਹੋ ਗਿਆ ਜੀ। ਈਵਨ ਇੱਥੋਂ ਕਿ ਮੇਰੇ ਬੇਟੇ ਦੀ ਉਮਰ ਸਮਥਿੰਗ 16 ਸਾਲ ਦੀ ਹੈ, ਜਿਹੜਾ ਅਵਿਨਾਸ਼ ਆ ਉਹ ਸਮਥਿੰਗ ਪਲੱਸ 18 ਸਾਲ ਦਾ ਸੀਗਾ ਜਿਹੜਾ ਬਾਈਕ ਚਲਾ ਰਿਹਾ ਸੀ। ਮੈਨੂੰ ਬਹੁਤ ਵੱਡਾ ਝਟਕਾ ਲੱਗਾ ਜੀ, ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਵੀ ਬੱਚਿਆਂ ਦਾ ਫਿਊਚਰ ਤਾਂ ਖਤਮ ਹੋਇਆ ਹੀ ਆ, ਸਾਡੀ ਕਿਸੇ ਨੇ ਸਹਾਰ ਵੀ ਨਹੀਂ ਲਈ, ਅਤੇ ਜਿਹੜੀ ਕਾਰ ਦਾ ਨੰਬਰ ਮੇਰੇ ਮੈਨੂੰ ਦੇਖਿਆ ਮੈਨੂੰ ਪਤਾ ਲੱਗਾ ਵੀਡੀਓ ਤੋਂ ਵੀ ਉਹ PB05AN1405 ਆ ਮਾਲਵਾ ਤੋਂ ਦੱਸੀ ਜਾ ਰਹੀ ਆ, ਅੱਜ ਤੱਕ ਉਹਨਾਂ ਨੇ ਮੇਰਾ ਕੋਈ ਸਾਥ ਮੈਨੂੰ ਕੋਈ ਆ ਕੇ ਪੁੱਛਗਿੱਛ ਹੀ ਨਹੀਂ ਕੀਤੀ ਕਿੱਦਾਂ ਕੀ ਹੈ। ਤੁਸੀਂ ਕੀ ਚਾਹੁੰਦੇ ਹੋ? ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ, ਬੱਚਿਆਂ ਦਾ ਫਿਊਚਰ ਖਤਮ ਹੈ ਜੀ। ਦੇਖੋ ਗਰੀਬ ਘਰ ਤੋਂ ਸਾਰੇ ਬੱਚੇ ਜੀ, ਮਿਹਨਤ ਮਜ਼ਦੂਰੀ ਵਾਲੇ ਘਰਾਂ ਤੋਂ ਹੈ ਜੀ, ਇਹਨਾਂ ਦਾ ਕੋਈ ਵੀ ਸੁੱਧ ਸਾਰ ਨਹੀਂ, ਕੋਈ ਮੈਨੂੰ ਸਮਝ ਨਹੀਂ ਆਉਂਦੀ, ਅੱਜ ਤੱਕ ਕਿਸੇ ਪ੍ਰਸ਼ਾਸਨ ਨੇ ਵੀ ਆ ਕੇ ਨਹੀਂ ਕੋਈ ਧਿਆਨ 'ਚ ਲਿਆਉਂਦੀ ਗੱਲ ਵੀ ਦੱਸੋ ਵੀ ਤੁਹਾਨੂੰ
की मदद है जां किवें आ जां भई इहदा कोई पुख्ता प्रबंध उन्होंने कोई सड़ा या कुछ मैं नहीं कहता भी वह किस हालत आ रहे थे ज किस उन्होंने कोई मजबूरी सी आ रही थी देखो बिटाई तो मैंने इन्ना लगता भी गरीब दी कदे अज तक नहीं सुनी गई हुण भी नहीं सुनी गई।